ਆਰਜੇ ਜੱਸੀ 94.3 ਮਾਇਆ ਐਫਐਮ ਦੇ ਵੱਲੋਂ ਕਹਿੰਦੇ ਆ ਕਿ ਸਮਾਜ ਦੇ ਬਹੁਤ ਘੱਟ ਲੋਕ ਐਸੇ ਹੁੰਦੇ ਆ ਜਿਹੜੇ ਸਮੇਂ ਦੇ ਨਾਲ ਨਹੀਂ ਸਮੇਂ ਨੂੰ ਆਪਣੇ ਨਾਲ ਤੋਰਨ ਦਾ ਦਮ ਰੱਖਦੇ ਆ ਜੀ। ਔਰ ਇਤਿਹਾਸ ਐਸੇ ਲੋਕ ਬਣਾਉਂਦੇ ਆ ਜਿਹੜੇ ਸਮਾਜ ਤੋਂ ਲੈਂਦੇ ਘੱਟ ਹੈ, ਸਮਾਜ ਨੂੰ ਮੋੜਦੇ ਵੱਧ ਹੈ ਜੀ। ਔਰ ਐਸੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦਾ ਇੱਕ ਉਪਰਾਲਾ ਕੀਤਾ 94.3 ਮਾਇਆ ਐਫਐਮ ਨੇ ਜੀਓ ਦਿਲ ਸੇ ਅਵਾਰਡਸ ਸੀਜ਼ਨ 4 ਦੇ ਵਿੱਚ। ਔਰ ਐਸੀਆਂ ਸ਼ਖਸੀਅਤਾਂ ਜਦੋਂ ਇੱਕ ਸਟੇਜ ਦੇ ਉੱਤੇ ਹਾਜ਼ਰ ਹੋਣਗੀਆਂ ਤਾਂ ਉੱਥੇ ਜਿਸ ਸ਼ਖਸ ਨੇ ਪਰਫੋਰਮੈਂਸ ਦੇਣੀ ਹੈ ਇੱਕ ਗਾਇਕੀ ਦੇ ਜ਼ਰੀਏ, ਕਿਉਂਕਿ ਉਹ ਗਾਇਕੀ ਦੇ ਜ਼ਰੀਏ ਹਮੇਸ਼ਾ ਮੈਸੇਜ ਪਹੁੰਚਾਉਂਦੇ ਰਹੇ ਆ, ਯਾਨੀ ਕਿ ਜਨਾਬ ਗੁਰਦਾਸ ਮਾਨ ਸਾਹਿਬ ਆਪਣੇ ਨਾਲ ਹਾਜ਼ਰ ਨੇ। ਮਾਨ ਸਾਹਿਬ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਰੋਤਿਆਂ ਨੂੰ, ਜਿੱਥੇ ਜਿੱਥੇ ਵੀ ਬੈਠੇ ਨੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਆ ਔਰ ਸੁਣ ਰਹੇ ਨੇ, ਆਨੰਦ ਮਾਣ ਰਹੇ ਨੇ ਤੁਹਾਡੀਆਂ ਗੱਲਾਂ ਬਾਤਾਂ ਦਾ, ਤੁਹਾਡੇ ਗੀਤ ਸੰਗੀਤ ਦਾ। ਔਰ ਜਿੱਥੇ ਤੁਸੀਂ ਬਹੁਤ ਵੱਡਾ ਇੱਕ ਕੰਮ ਕਰਨ ਜਾ ਰਹੇ ਹੋ, ਜਿਸ ਨੂੰ ਕਹਿੰਦੇ ਆ ਕਿ ਅੱਛਾਈ ਵਾਸਤੇ, ਲੋਕਾਂ ਦੇ ਸਮਾਜ ਦੀ ਅੱਛਾਈ ਵਾਸਤੇ, ਜੋ ਭਲਾਈ ਵਾਸਤੇ ਤੁਸੀਂ ਕੰਮ ਕਰਨ ਜਾ ਰਹੇ ਹੋ, ਮੈਂ ਉਸਨੂੰ ਸ਼ਾਬਾਸ਼ ਦਿੰਦਾ ਤੁਹਾਡੀ ਪੂਰੀ ਦੀ ਪੂਰੀ ਟੀਮ ਨੂੰ। ਔਰ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇੱਜ਼ਤ ਮਾਣ ਸਤਿਕਾਰ ਬਖਸ਼ੇ, ਸਿਹਤ ਤੰਦਰੁਸਤੀਆਂ ਬਖਸ਼ੇ, ਮੰਦਰੁਸਤੀਆਂ ਖੂਬਸੂਰਤੀਆਂ ਸਭ ਅਤਾ ਫਰਮਾਏ। ਬਸ ਇਹਨਾਂ ਨੇਕ ਦੁਆਵਾਂ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ। ਮਾਨ ਸਾਹਿਬ, ਤੁਹਾਡੀ ਜ਼ਿੰਦਗੀ ਦੇ ਤਜੁਰਬਿਆਂ ਦੇ ਵਿੱਚੋਂ ਅਸੀਂ ਤੁਹਾਡੇ ਤੋਂ ਗੱਲਾਂ ਜਾਣਨੀਆਂ ਨੇ। ਜੀਓ ਦਿਲ ਸੇ ਅਵਾਰਡਸ ਉਹਨਾਂ ਲੋਕਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਜਿਹਨਾਂ ਜਿਹੜੇ ਸਮਾਜ ਦੇ ਸਧਾਰਨ ਲੋਕਾਂ ਦੇ ਵਿੱਚੋਂ ਅਸਧਾਰਨ ਲੋਕ ਨੇ, ਜਿਹੜੇ ਸਿਰਫ ਸੋਚਦੇ ਨਹੀਂ, ਸੋਚ ਕੋਸ਼ਿਸ਼ ਦੇ ਵਿੱਚ ਬਦਲਦੀ ਹੈ, ਕੋਸ਼ਿਸ਼ ਫਿਰ ਆਦਤ ਬਣ ਜਾਂਦੀ ਹੈ ਉਹਨਾਂ ਦੀ, ਮਤਲਬ ਜਿਹੜੇ ਦਿਲੋਂ ਮਦਦ ਕਰਦੇ ਆ ਲੋਕਾਂ ਦੀ। ਕੀ ਲੱਗਦਾ ਹੈ ਕਿ ਸੋਚ ਤੋਂ ਆਦਤ ਤੱਕ ਦਾ ਸਫ਼ਰ ਸੌਖਾ ਹੁੰਦਾ ਜਾਂ ਔਖਾ ਹੁੰਦਾ ਐਸੇ ਲੋਕਾਂ ਦਾ? ਮੁਸ਼ਕਿਲ ਹੁੰਦਾ, ਕਿਉਂਕਿ ਇਹ ਗੰਗਾ ਦੇ ਉਲਟ ਵਹਾਓ 'ਤੇ ਤੁਰਨ ਵਾਲੀ ਬਾਤ ਹੈ, ਚੱਲਣ ਵਾਲੀ ਬਾਤ ਹੈ, ਤੈਰਨ ਵਾਲੀ ਬਾਤ ਹੈ। ਗੰਗਾ ਜਿਸ ਤਰਫ ਬਹਿੰਦੀ ਹੈ ਸਾਰੇ ਲੋਕ ਉਸ ਤਰਫ ਤਾਂ ਬਹਿ ਜਾਂਦੇ ਨੇ, ਮਗਰ ਉਹਦੇ ਅਗੇਂਸਟ ਉਸ ਪਾਣੀ ਦੇ ਵਹਾਵ ਦੇ ਉਲਟ ਚੱਲਣਾ, ਦਰਿਆ ਦੇ ਉਲਟ ਚੱਲਣਾ, ਇਹ ਕੋਈ ਕੋਈ ਕਰ ਸਕਦਾ ਵਾ, ਕੋਈ ਕੋਈ ਤਰ ਸਕਦਾ ਜਿਹਦੇ 'ਚ ਜਿਗਰਾ ਹੋਵੇ, ਜਿਹਦੇ 'ਚ ਹਿੰਮਤ ਹੋਵੇ, ਜਿਹਦੇ 'ਚ ਬਲ ਹੋਵੇ, ਬੁੱਧੀ ਹੋਵੇ, ਗਿਆਨ ਹੋਵੇ, ਸਾਰੀਆਂ ਚੀਜ਼ਾਂ। ਸੋ ਇਹ ਲੋਕ ਜਿਹੜੇ ਕੰਮ ਕਰਦੇ ਆ, ਮੈਂ ਉਹਨਾਂ ਨੂੰ ਬਹੁਤ ਬਹੁਤ ਕੋਟੀ ਕੋਟੀ ਨਤਮਸਤਕ ਹੋ ਕੇ ਪ੍ਰਣਾਮ ਕਰਦਾ। ਐਸੇ ਲੋਕ ਬਹੁਤ ਘੱਟ ਨੇ, ਆਟੇ 'ਚ ਲੂਣ ਦੀ ਤਰ੍ਹਾਂ। ਔਰ ਇਹਨਾਂ ਲੋਕਾਂ ਨੂੰ ਇੱਜ਼ਤ ਔਰ ਮਾਨ ਸਨਮਾਨ ਦੇ ਕੇ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ, ਤਾਂ ਕਿ ਲੋਕ ਜਾਗਰਤ ਹੋਣਗੇ। ਐਸੇ ਲੋਕ, ਕਈ ਲੋਕ ਸੋਚਦੇ ਆ ਕਿ ਯਾਰ ਮੈਂ ਕਰਨਾ ਚਾਹੁੰਦਾ ਪਰ ਛੱਡੋ ਜੀ, ਪਰ ਜਦੋਂ ਉਹਨੂੰ ਪਤਾ ਲੱਗੇਗਾ ਕਿ ਯਾਰ ਦੂਜੇ ਪਾਸੇ ਹੋਇਆ, ਫਲਾਨੀ ਸਟੇਟ ਦੇ ਵਿੱਚ ਹੋਇਆ, ਮੈਂ ਕਿਉਂ ਨਹੀਂ ਕਰ ਸਕਦਾ, ਮੈਂ ਵੀ ਕਰ ਸਕਦਾ ਜੀ, ਉਹ ਕਰ ਸਕਦਾ ਯਾਰ। ਸੋ ਇਹ ਚੀਜ਼ ਸੋਚ ਨਾਲ ਸੋਚ ਜਦੋਂ ਮਿਲਦੀ ਹੈ ਤਾਂ ਫਿਰ ਉਹ ਦੀਵਾ ਦੀਵਾ ਬਾਲੀਏ ਦੀਵਾਲੀ ਬਣ ਜਾਂਦੀ ਹੈ, ਛੋਟੀ ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ। ਸੋ ਮੈਂ ਚਾਹੂੰਗਾ ਕਿ ਉਹਨਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ, ਔਰ ਉਸ ਮਾਨ ਸਨਮਾਨ ਦੇ ਵਿੱਚ ਜੋ ਤੁਸੀਂ ਮੇਰੀ ਮਦਦ ਚਾਹੁੰਦੇ ਹੋ, ਮੈਂ ਹਾਜ਼ਰ ਹਾਂ, ਉਧਰ ਸਿਰ ਦੇ ਬਲ ਚੱਲ ਕੇ ਆਊਂਗਾ ਐਸੇ ਲੋਕਾਂ ਦਾ ਮਾਨ ਸਨਮਾਨ ਕਰਨ ਲਈ। ਅਤੇ ਮਾਨ ਸਾਹਿਬ, ਜਦੋਂ ਜਿਵੇਂ ਹੁਣ ਤੁਸੀਂ ਜੀਓ ਦਿਲ ਸੇ ਅਵਾਰਡਸ ਦੇ ਵਿੱਚ ਪਰਫੋਰਮੈਂਸ ਦੇਣੀ ਹੈ, ਜਦੋਂ ਵੀ ਇੱਦਾਂ ਦੇ ਅਵਾਰਡਸ ਤੁਹਾਡੀ ਜ਼ਿਹਨ ਦੇ ਵਿੱਚ ਆਉਂਦੇ ਹੈ ਕਿ ਯਾਰ ਇਹ ਇੱਦਾਂ ਦੇ ਅਵਾਰਡਸ ਹੈ, ਤੁਸੀਂ ਹਰ ਜਗ੍ਹਾ 'ਤੇ ਅਲੱਗ ਅਲੱਗ ਫੰਕਸ਼ਨਸ ਦੇ ਵਿੱਚ ਗਾਉਂਦੇ ਹੋ, ਕੋਈ ਮੈਰਿਜ ਦਾ ਫੰਕਸ਼ਨ ਹੁੰਦਾ, ਕੋਈ ਕਿਸੇ ਤੁਸੀਂ ਕਈ ਵਾਰੀ ਪਵਿੱਤਰ ਥਾਵਾਂ 'ਤੇ ਜਾਂ ਹੈ ਨਾ ਉੱਥੇ ਗਾਉਂਦੇ ਹੋ, ਅਤੇ ਯਾਰ ਜੀਓ ਦਿਲ ਸੇ ਅਵਾਰਡ ਦੇ ਵਿੱਚ ਕੀ ਤੁਹਾਡੇ ਜ਼ਿਹਨ ਦੇ ਵਿੱਚ ਇਹ ਵੀ ਚੱਲਦਾ ਰਹਿੰਦਾ ਕਿ ਯਾਰ ਮੈਂ ਕਿਹੜੇ ਗਾਣਿਆਂ ਦੀ ਚੋਇਸ ਰੱਖਣੀ ਹੈ, ਉੱਥੇ ਮੈਂ ਇਸ ਤਰ੍ਹਾਂ ਦੇ ਗਾਣੇ ਗਾਣੇ, ਇਹ ਵੀ ਤੁਹਾਡੇ ਜ਼ਿਹਨ ਚੱਲਦਾ ਰਹਿੰਦਾ ਜਾਂ ਇਹ ਔਨ ਦਾ ਸਪੋਟ ਹੀ ਤੁਸੀਂ ਫੈਸਲਾ ਕਰਦੇ? ਬਹੁਤ ਦਫ਼ਾ ਇਸੇ ਤਰ੍ਹਾਂ ਹੀ ਹੁੰਦਾ ਕਿ ਬਿਲਕੁਲ ਨਿਲ ਹੁੰਦਾ, ਜਿਹੜਾ ਬੋਡੀ ਤੁਸੀਂ ਨਿਊਟਰਲ ਕਰ ਦਿੰਦੇ ਹੋ ਆਪਣੇ ਆਪ ਨੂੰ, ਕਿ ਜੋ ਤੁਸੀਂ ਉੱਥੇ ਜਾ ਕੇ ਆਡੀਅੰਸ ਦੇ ਨਾਲ ਰਾਬਤਾ ਜਦੋਂ ਕਾਇਮ ਹੋਏਗਾ, ਤੁਹਾਡੀ ਅੱਖ ਮਿਲੇਗੀ ਉਹਨਾਂ ਦੇ ਨਾਲ, ਜਦੋਂ ਉਹਨਾਂ ਦਾ ਪਿਆਰ ਸਤਿਕਾਰ, ਉਹਨਾਂ ਦੀ ਸ਼ਾਬਾਸ਼ੇ, ਉਹਨਾਂ ਦੀਆਂ ਹੱਥਾਂ ਦੀਆਂ ਜਿਹੜੀਆਂ ਤਾਲੀਆਂ ਹੈ, ਨਜ਼ਰਾਂ ਕਰਮਾਂ ਵਾਲੀਆਂ, ਜਦੋਂ ਉਹਨਾਂ ਦੇ ਨਾਲ ਇੱਕ ਕਨੈਕਸ਼ਨ ਜੁੜਦਾ ਹੈ, ਉਦੋਂ ਮਸਤੀ ਪੈਦਾ ਹੁੰਦੀ ਹੈ ਉਹਦੇ ਵਿੱਚ। ਫਿਰ ਜੋ ਉਸ ਵਹਾਵ ਦੇ ਵਿੱਚ ਜੋ ਜੋ ਆਈ ਜਾਂਦਾ ਅਸੀਂ ਪੇਸ਼ ਕਰੀ ਜਾਂਦੇ ਹਾਂ, ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾਂਦਾ, ਜਿਸ ਤਰ੍ਹਾਂ ਦੀ ਉਹਨਾਂ ਦੇ ਅੰਦਰ ਤਲਬ ਹੈ ਉਸੇ ਤਰ੍ਹਾਂ ਦੀ। ਕਈ ਦਫ਼ਾ ਹੁੰਦਾ ਕਿ ਲੋਕ ਬਹੁਤ ਜ਼ਿਆਦਾ ਸੂਫੀਜ਼ਮ ਨੂੰ ਬਹੁਤ ਪਿਆਰ ਕਰਦੇ ਨੇ, ਕਿ ਯਾਰ ਕੋਈ ਬਾਬਾ ਬੁੱਲੇ ਸ਼ਾਹ ਦਾ ਕਲਾਮ ਸੁਣਾਓ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਤੁਸੀਂ ਗਾਇਆ ਉਹ ਸੁਣਾਓ। ਕੋਈ ਲੋਕ ਬਹੁਤ ਤਰ੍ਹਾਂ ਦੇ, ਕੋਈ ਹੈਲਥ ਦੀ ਗੱਲ, ਜਿਵੇਂ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਐਸੇ ਐਸੀਆਂ ਅਲੱਗ ਅਲੱਗ ਫਰਮਾਇਸ਼ਾਂ ਫਿਰ ਜੁੜਦੀਆਂ ਜਾਂਦੀਆਂ, ਉਹਦਾ ਸਵਾਦ ਹੀ ਅਲੱਗ ਹੁੰਦਾ। ਸੋ ਅਸੀਂ ਸੋਚ ਕੇ ਤਾਂ ਬਹੁਤ ਕੁਛ ਚੱਲਦੇ ਹਾਂ ਕਿ ਪੂਰਾ ਉਸ ਨੂੰ ਤਿਆਰ ਕਰਕੇ ਜਾਈਦਾ ਹੈ ਕਿ ਯਾਰ ਕੋਈ ਆਹ ਚੀਜ਼ ਵੀ ਗਾਈ ਜਾ ਸਕਦੀ, ਆਹ ਚੀਜ਼ ਵੀ ਗਾਈ ਜਾ ਸਕਦੀ, ਪਰ ਉੱਥੇ ਕਈ ਦਫ਼ਾ ਉਹ ਨਹੀਂ ਹੁੰਦਾ ਜੋ ਅਸੀਂ ਸੋਚ ਕੇ ਗਏ ਹੁੰਦੇ, ਪਰ ਉੱਥੇ ਉਹੀ ਹੁੰਦਾ ਜੋ ਹੋਣਾ ਚਾਹੀਦਾ।
ਤਾਂ ਹੀ ਮਜ਼ਾ ਆਉਂਦਾ। ਅੱਛਾ ਮਾਨ ਸਾਹਿਬ, ਇੱਕ ਗੱਲ ਅਸੀਂ ਜਿਹੜੀ ਨੋਟ ਕੀਤੀ ਹੈ ਜੀ, ਇਹ ਸਾਰੇ ਜੀਓ ਦਿਲ ਸੇ ਅਵਾਰਡ ਦੇ ਰਾਊਂਡ, ਅਸੀਂ ਜਦੋਂ ਐਸੇ ਸੇਵਾ ਕਰਨ ਵਾਲੇ ਲੋਕਾਂ ਦੇ ਕੋਲ ਗਏ, ਅਗਰ ਆਪਾਂ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਹਰ ਕੋਈ ਮੂਹਰੇ ਆਉਣਾ ਚਾਹੁੰਦਾ, ਪਰ ਐਸੇ ਲੋਕਾਂ ਕੋਲ ਅਸੀਂ ਗਏ ਇਹ ਪਿੱਛੇ ਜਾਣਾ ਚਾਹੁੰਦੇ ਆ ਕਿ ਸਾਨੂੰ ਮੂਹਰੇ ਨਾ ਲਿਆਓ, ਅਤੇ ਐਸੀ ਪ੍ਰਵਿਰਤੀ ਦੇ ਬਾਰੇ ਕੀ ਕਹੋਗੇ, ਐਸੀ ਸੋਚ ਦੇ ਬਾਰੇ? ਇਹੀ ਅਸਲੀ ਹੱਕਦਾਰ ਨੇ, ਮਾਨ ਸਨਮਾਨ ਦੇ ਇਹੀ ਅਸਲੀ ਹੱਕਦਾਰ ਹੈ। ਦਿਖਾਵਾ ਬਹੁਤ ਹੈ ਦੁਨੀਆਂ ਦੇ ਵਿੱਚ, ਅੱਜ ਕੱਲ੍ਹ ਜਿੰਨੀਆਂ ਵੀ ਹੜਤਾਲਾਂ ਹੁੰਦੀਆਂ ਜਾਂ ਜਿਹੜੇ ਨਾਰੀਆਂ ਬਾਜ਼ੀ ਹੁੰਦੀਆਂ, ਆ ਜਿੰਨੇ ਵੀ ਭੁੱਖ ਹੜਤਾਲਾਂ ਹੁੰਦੀਆਂ, ਉਹਦੇ 'ਚ ਕੀ ਹੁੰਦਾ, ਇੱਕ ਮੀਡੀਆ ਤੁਹਾਡੇ ਸਾਹਮਣੇ ਬੈਠਾ ਹੁੰਦਾ ਔਰ ਤੁਸੀਂ ਉਹਦੇ ਸਾਹਮਣੇ ਆਏ ਹੁੰਦੇ, ਤੁਸੀਂ ਤਾਂ ਲੀਡਰ ਬਣ ਗਏ, ਚਾਰ ਨਾਰੇ ਮਾਰ ਕੇ, ਇੱਕ ਜੈਕਟ ਜੀ ਪਾ ਕੇ, ਟੋਪੀ ਰੱਖ ਕੇ ਜਾਂ ਕੁਛ ਵੀ ਕਰਕੇ ਆਪਣਾ ਤਾਂ ਲੀਡਰੀ ਦੇ ਵਿੱਚ ਪੈਰ ਰੱਖ ਲਿਆ ਤੁਸੀਂ, ਔਰ ਤੁਹਾਨੂੰ ਪੁਲਿਸ ਨੇ ਦੋ ਚਾਰ ਧੱਕੇ ਮਾਰਤੇ, ਡੰਡੇ ਮਾਰਤੇ ਔਰ ਤੁਹਾਨੂੰ ਫੜ ਕੇ ਲੈ ਗਏ, ਤਾਂ ਤੁਸੀਂ ਪੱਕੇ ਹੋ ਗਏ। ਮਗਰ ਨੇਕ ਕੰਮ ਕਰਨ ਵਾਲੇ ਲੋਕ ਹਮੇਸ਼ਾ ਭੱਜਦੇ, ਉਹ ਆਪਣੇ ਆਪ ਨੂੰ ਦਿਖਾਉਣਾ ਨਹੀਂ ਚਾਹੁੰਦੇ। ਕਦੇ ਵੀ ਜਿਹੜਾ ਦਾਨੀ ਹੈ, ਅਸਲੀ ਦਾਨੀ ਹੈ, ਉਹ ਆਪਣਾ ਨਾਮ ਨਹੀਂ ਲਿਖਾਉਣਾ ਚਾਹੇਗਾ ਕਿ ਮੇਰਾ ਮੈਂ ਇੰਨੇ ਪੈਸੇ ਦਾਨ ਕਰ ਰਿਹਾ, ਉਹ ਗੁਪਤ ਦਾਨ ਹੀ ਕਰਦੇ ਹਾਂ। ਇਹ ਗੁਪਤ ਦਾਨ ਵਾਲੀ ਬਾਤ ਹੈ, ਇਹ ਗੁਪਤ ਕੰਮ ਕਰਨ ਵਾਲੀ ਬਾਤ। ਐਸੇ ਲੋਕਾਂ ਨੂੰ ਜ਼ਰੂਰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ, ਉਹ ਬੇਸ਼ੱਕ ਨਹੀਂ ਆਉਣਾ ਚਾਹੁੰਦੇ, ਪਰ ਹੋਰ ਲੋਕਾਂ ਨੂੰ ਜਾਗਰੂਕਤੀ ਪੈਦਾ ਕਰਨ ਵਾਸਤੇ, ਹੋਰ ਲੋਕਾਂ ਨੂੰ ਇਸ ਵਾਸਤੇ ਇਸ ਉਸਾਰੂ ਸਕੀਮ ਲਈ ਮਤਲਬ ਉਤੇਜਿਤ ਹੋਣ, ਆਪਣੇ ਆਪ ਨੂੰ ਸਮਰਪਣ ਕਰਨ ਕਿ ਯਾਰ ਇਹ ਕਰਨਾ ਚਾਹੀਦਾ, ਸੋ ਜ਼ਰੂਰੀ ਹੈ ਜੀ। ਮਾਨ ਸਾਹਿਬ, ਜਿਵੇਂ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਉਬਾਲਾ ਜ਼ਰੂਰੀ ਹੈ, ਉੱਦਾਂ ਹੀ ਮਾਨ ਸਾਹਿਬ ਕਾਮ ਕ੍ਰੋਧ ਲੋਭ ਹੰਕਾਰ ਮੋਹ, ਇਸ ਤੋਂ ਬਚਾਉਣ ਦੇ ਲਈ ਮਾਨ ਸਾਹਿਬ ਕਿਹੜੀ ਚੀਜ਼ ਤੁਸੀਂ ਆਪਣੇ ਲਈ ਜ਼ਰੂਰੀ ਮੰਨਦੇ ਹੋ ਕਿ ਯਾਰ ਮੈਂ ਜਿੱਥੋਂ ਤੱਕ ਤੁਹਾਡੀ ਸੋਚ ਕਹਿੰਦੀ ਹੈ ਕਿ ਇਹਨਾਂ ਚੀਜ਼ਾਂ ਇਹ ਚੀਜ਼ਾਂ ਭਾਰੂ ਨਾ ਪੈ ਜਾਣ, ਤੁਹਾਡੀ ਇਨਸਾਨੀਅਤ ਨੂੰ ਖਰਾਬ ਨਾ ਕਰ ਦੇਣ, ਇਸ ਕਰਕੇ ਇਹ ਉਬਾਲਾ ਕਿਵੇਂ ਦਿੰਦੇ ਹੋ? ਇਹ ਉਬਾਲਾ ਜਾਗ ਬਿਨਾਂ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ, ਇਹ ਤਾਂ ਗੁਰੂ ਦੀ ਜਾਗ ਲੱਗੇ, ਗੁਰੂ ਹੀ ਕਿਰਪਾ ਕਰੇ, ਮਾਲਕ ਕਿਰਪਾ ਕਰੇ। ਔਰ ਸਭ ਤੋਂ ਵੱਡੀ ਬਾਤ ਹੈ ਕਿ ਜਿਹੜੇ ਮਹਾਂਪੁਰਸ਼ ਹੋਏ ਨਾ, ਮਹਾਂਪੁਰਸ਼ਾਂ ਦੇ ਆਸ਼ੀਰਵਾਦ ਹੀ ਬਚਾਉਂਦੇ ਆ, ਨਹੀਂ ਤਾਂ ਦੁਨੀਆਦਾਰ ਬਚ ਨਹੀਂ ਸਕਦਾ। ਬਾਬਾ ਜੀ ਦੁਨੀਆਦਾਰ ਕੀ, ਵੱਡੇ ਵੱਡੇ ਰਿਸ਼ੀ ਮੁਨੀ ਡੋਲ ਗਏ ਸੀ, ਮਹਾਰਾਜ ਨੂੰ ਭੁਗਤਾਨ ਭੁਗਤਣਾ ਪਿਆ ਸੀ ਇਸ ਗੱਲ ਦਾ ਕਿ ਉਸ ਦੇ ਸਾਹਮਣੇ ਕੋਈ ਵੀ ਸਵਰੂਪ ਜਦੋਂ ਬੰਦੇ ਦੇ ਸਾਹਮਣੇ ਆ ਜਾਂਦਾ ਤਾਂ ਭਟਕ ਜਾਂਦਾ ਬੰਦਾ, ਤਾਂ ਅਸੀਂ ਵੀ ਭਟਕਦੇ ਹਾਂ, ਦੁਨੀਆਦਾਰ ਹੈ, ਮੋਹ ਮਾਇਆ ਸਾਰੀ ਸਾਨੂੰ ਸਾਡੇ ਉੱਤੇ ਅਸਰ ਕਰਦੀ ਹੈ ਬਾਬਾ ਜੀ। ਸੋ ਬਚਾਵੇ ਤਾਂ ਰੱਬ ਹੀ ਬਚਾਵੇ, ਗੁਰੂ ਬਚਾਵੇ, ਬੰਦਾ ਨਹੀਂ ਬਚਾ ਸਕਦਾ ਆਪਣੇ ਆਪ ਨੂੰ ਬਾਬਾ, ਜਿੰਨਾ ਮਰਜ਼ੀ ਜ਼ੋਰ ਲਗਾ ਲੈ, ਭਾਵੇਂ ਲੱਖ ਦਹੀਂ ਨਾਲ ਨਾਲਾ, ਭਾਵੇਂ ਲੱਖ ਪੁਸ਼ਾਕਾਂ ਪਾ ਲਾ, ਜਿੰਨੀ ਲੱਗਦੀ ਹੈ ਵਾਲਾ ਵਾਲਾ ਮੇਲਾ ਚਾਰ ਦਿਨਾਂ ਦਾ, ਇੱਥੋਂ ਹੋ ਗਏ ਸਿਕੰਦਰ ਖਾਲੀ, ਇੱਥੋਂ ਹੋ ਗਏ ਕਲੰਦਰ ਖਾਲੀ ਹੱਥੀ ਗਿਆ ਸਿਕੰਦਰ, ਕਹਿੰਦਾ ਕੁਛ ਨਹੀਂ ਦੁਨੀਆਂ ਅੰਦਰ ਮੇਲਾ ਚਾਰ ਦਿਨਾਂ ਦਾ, ਸੋਹਣੀ ਸ਼ਕਲ ਸੂਰਤਾਂ ਵਾਲੇ ਘਰ ਦੀ ਰੌਣਕ ਲੈ ਗਏ ਨਾਲੇ, ਬੂਹਿਓਂ ਬਾਹਰ ਲਮਕਦੇ ਤਾਲੇ ਮੇਲਾ ਚਾਰ ਦਿਨਾਂ ਦਾ। ਇਹ ਤਾਂ ਇਹ ਜ਼ਮਾਨੇ ਦਾ ਅਸਰ ਹੈ, ਅਸਰ ਰਹਿਣਾ ਰਹਿਣਾ, ਪਰ ਫਿਰ ਵੀ ਇਸ ਦੇ ਵਿੱਚ ਸੁੱਚੇ ਲੋਕ ਨੇ, ਸੱਚੇ ਲੋਕ ਨੇ, ਸਾ ਅਸੀਂ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਹੈ। ਸੋ ਜੋ ਤੁਸੀਂ ਕਰ ਰਹੇ ਹੋ 94.3 MyFM, ਜੋ ਇਸ ਦਾ ਉਪਰਾਲਾ ਕਰ ਰਿਹਾ, ਮੈਂ ਉਸਨੂੰ ਸਲਿਊਟ ਕਰਦਾ ਹਾਂ। ਅੱਛਾ ਮਾਨ ਸਾਹਿਬ, ਜਿਵੇਂ ਮੈਂ ਇੱਕ ਰਿਐਲਿਟੀ ਜਾਣ ਰਿਹਾ ਹੈਗਾ ਤੁਹਾਡੇ ਤੋਂ, ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਨੀਆਂ ਦੇ ਵਿੱਚ ਹੀ ਵਿਚਰਦੇ ਹੋ ਹਰ ਬੰਦੇ ਦੀ ਤਰ੍ਹਾਂ, ਪਰ ਇਹਨਾਂ ਤੋਂ ਤੁਸੀਂ ਵੀ ਕਿਤੇ ਨਾ ਕਿਤੇ ਇਹਨਾਂ ਦੇ ਪ੍ਰਕੋਪ 'ਚ ਬੰਦਾ ਓਬਵੀਅਸ ਕਿ ਤੁਸੀਂ ਬਚਦੇ ਹੋ, ਪਰ ਕਿਤੇ ਨਾ ਕਿਤੇ ਆ ਜਾਂਦੇ ਹੋ, ਗੁੱਸਾ ਤੁਸੀਂ ਕਰਨਾ ਨਹੀਂ ਚਾਹੁੰਦੇ ਪਰ ਕਈ ਵਾਰੀ ਆ ਜਾਂਦਾ। ਲਾਸਟ ਟਾਈਮ ਮਨਜੀਤ ਮੈਡਮ ਨੇ ਤੁਹਾਨੂੰ ਕਦੋਂ ਇਹ ਕਿਹਾ ਸੀਗਾ, ਮਾਨ ਸਾਹਿਬ ਗੁੱਸਾ ਨਾ ਕਰੋ ਜਦੋਂ ਤੁਸੀਂ ਕਦੇ ਜਲਾਲ 'ਚ ਆਏ ਹੋ, ਐਸਾ ਹੋ ਜਾਂਦਾ ਅਕਸਰ ਹੁੰਦਾ ਜਾਂ ਨਹੀਂ? ਅਕਸਰ ਨਹੀਂ ਹੁੰਦਾ, ਕਿਉਂਕਿ ਸਾਨੂੰ ਮਾਲਕ ਨੇ ਥੋੜ੍ਹਾ ਜਿਹਾ ਡਿਫਰੈਂਟ ਬਣਾਇਆ ਹੈ, ਕਿਉਂਕਿ ਹਰ ਬੰਦੇ ਦੀ ਨੇਚਰ ਉਸਦੇ ਸਟਰਕਚਰ ਦੇ ਮੁਤਾਬਕ, ਉਸਦੇ ਕਿਹੜੇ ਤਿਥੀ ਦੇ ਵਿੱਚ ਪੈਦਾ ਹੋਇਆ, ਕਿਸ ਮੌਸਮ ਦੇ ਵਿੱਚ ਪੈਦਾ ਹੋਇਆ, ਉਹਦੇ ਸੁਭਾਅ ਦੇ ਵਿੱਚ ਉਹ ਚੀਜ਼ਾਂ ਸ਼ਾਮਿਲ ਰਹਿੰਦੀਆਂ ਨੇ। ਸੋ ਇਸੇ ਕਰਕੇ ਜਿਹੜੀ ਜੋਤਿਸ਼ ਵਿੱਦਿਆ ਵਾਲੇ ਲੋਕਾਂ ਨੇ ਇਹਨਾਂ ਨੂੰ ਅਲੱਗ ਅਲੱਗ ਰਾਸ਼ੀਆਂ ਦੇ ਵਿੱਚ ਵੰਡਿਆ ਹੈ, ਉਹ ਰਾਸ਼ੀਆਂ ਜਿਹੜੀਆਂ ਉਹਨਾਂ ਦੇ ਉੱਤੇ ਕਿਸੇ ਦਾ ਅਗਨੀ ਦਾ ਅਸਰ ਹੈ, ਕਿਸੇ ਦੇ ਉੱਤੇ ਪ੍ਰਿਥਵੀ ਦਾ ਅਸਰ ਹੈ, ਕਿਸੇ ਉੱਤੇ ਪਾਣੀ ਦਾ ਅਸਰ ਹੈ, ਇਹ ਤਿੰਨ ਚੀਜ਼ਾਂ ਦੇ ਵਿੱਚ ਉਹ ਜਿਹੜੀ ਮੇਰਾ ਖਿਆਲ ਵੰਡੀ ਵੀ ਹੈ, ਅਤੇ ਉਹ ਉਸ ਅਸਰ ਦੇ ਮੁਤਾਬਕ ਹਰ ਬੰਦੇ ਦੀ ਵਿਰਤੀ ਹੁੰਦੀ ਹੈ, ਨੇਚਰ ਹੁੰਦੀ ਹੈ। ਸੋ ਸਾਡੇ ਉੱਤੇ ਜ਼ਰੂਰ ਹੁੰਦਾ, ਕਿਉਂਕਿ ਜਦੋਂ ਅਸੀਂ ਕੰਮ ਕਰਦੇ ਹਾਂ, ਕੰਮ ਕਰਦੇ ਕਰਦੇ ਕੋਈ ਚੀਜ਼ ਪਰਫੈਕਟ ਨਾ, ਜੇ ਸਾਊਂਡ ਸਿਸਟਮ ਤੁਹਾਡੇ ਖਰਾਬ ਹੋ ਜਾਏ, ਜਾਂ ਸਾਊਂਡ ਸਿਸਟਮ ਵੀ ਠੀਕ ਹੋਵੇ, ਸਾਰਾ ਕੁਛ ਠੀਕ ਹੋਵੇ, ਇੱਕ ਬੰਦਾ ਤੁਹਾਡੇ ਸਾਹਮਣੇ
ਬਾਕੀ ਸਾਰੀ ਸੰਗਤ ਠੀਕ ਬੈਠੀ ਹੈ, ਇੱਕ ਬੰਦਾ ਤੁਹਾਡੇ ਸਾਹਮਣੇ ਕੋਈ ਆ ਕੇ ਤੁਹਾਨੂੰ ਛੇੜਨ ਲੱਗ ਜਾਏ ਤਾਂ ਬਹੁਤ ਕੰਟਰੋਲ ਕਰਨਾ ਪੈਂਦਾ ਆਪਣੇ ਆਪ, ਬਹੁਤ ਕੰਟਰੋਲ ਕਰਨਾ ਪੈਂਦਾ। ਨਿਮਰਤਾ, ਸਬਰ, ਸੰਤੋਖ ਔਰ ਸ਼ੁਕਰ, ਇਹੀ ਸਾਡੇ ਗੁਰੂ ਸਾਹਿਬ ਨੇ ਦੱਸਿਆ, ਸਾਡੇ ਸਾਈਂ ਨੇ ਦੱਸਿਆ। ਬਸ ਉਹਨਾਂ ਦੇ ਆਧਾਰ ਨੂੰ ਮੰਨ ਕੇ ਕਿ ਉਸ ਵੇਲੇ ਬੰਦੇ ਨੂੰ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ ਆਪਣੇ ਆਪ 'ਤੇ, ਇੰਨਾ ਉਸਨੂੰ ਅੰਦਰ ਦੀ ਤਰਫ ਜਿਵੇਂ ਕੱਛੂ ਆਪਣੇ ਫੇਸ ਨੂੰ ਅੰਦਰ ਲੈ ਚੱਲਦਾ ਨਾ, ਆਪਣੇ ਅੰਦਰ ਦੀਆਂ ਬਿਰਤੀਆਂ ਨੂੰ ਜਾਗਰਤ ਕਰਨਾ ਕਿ ਨਹੀਂ ਯਾਰ ਇਸ ਬੰਦੇ ਦਾ ਕਸੂਰ ਨਹੀਂ ਹੈ, ਇਹ ਤਾਂ ਤੇਰਾ ਇਮਤਿਹਾਨ ਲੈਣਾ ਹੈ। ਸੋ ਹੁੰਦਾ, ਹੋ ਜਾਂਦੇ ਥੋੜ੍ਹੀ ਦੇਰ ਲਈ ਹੋ ਜਾਂਦੇ, ਪਰ ਫਿਰ ਆਪਣੇ ਆਪ ਨੂੰ ਕਈ ਵਾਰੀ ਬੋਲ ਵੀ ਦੇਈਦਾ ਤਾਂ ਫਿਰ ਅੰਦਰ ਫਿਰ ਮਹਿਸੂਸ ਕਰ ਲਈਦਾ ਯਾਰ ਨਹੀਂ, ਪਛਤਾਵਾ ਆਉਂਦਾ, ਫਿਰ ਮਾਫ਼ੀ ਮੰਗਦੇ ਹਾਂ, ਅੰਦਰੋਂ ਮਾਫ਼ੀ ਮੰਗਦੇ ਹਾਂ, ਕਿਉਂਕਿ ਅੰਦਰ ਹੀ ਬੈਠਾ ਉਹ ਜਿਹੜਾ ਜਿਹਦੇ ਮਾਫ਼ੀ ਮੰਗਣੀ ਹੈ, ਜਿਹਨੇ ਕੀਤਾ ਹੈ ਉਸੇ ਤੋਂ ਹੀ ਮਾਫ਼ੀ ਮੰਗਣੀ ਹੈ। ਸੋ ਮੰਗ ਲਈਦੀ ਮਾਫ਼ੀ ਔਰ ਪਛਤਾਵਾ ਕਰ ਲਈਦਾ। ਬਹੁਤ ਸਾਰ ਬਹੁਤ ਵਾਰੀ ਹੁੰਦਾ, ਐਸੀ ਗੱਲ ਨਹੀਂ ਕਿ ਨਹੀਂ ਅਸੀਂ ਕਰਦੇ, ਹੁੰਦਾ ਜੀ। ਅਤੇ ਮਾਨ ਸਾਹਿਬ, ਜਿਵੇਂ ਤੁਸੀਂ ਦੁਨੀਆਂ ਦੇ ਵਿੱਚ ਹੀ ਵਿਚਰ ਰਹੇ ਹੋ, ਨਿਰਲੇਪ ਰਹਿਣਾ ਔਖਾ ਬੜਾ ਹੁੰਦਾ। ਦੁਨੀਆਂ ਦੇ ਵਿੱਚ ਰਹਿਣਾ ਵੀ ਹੈ ਪਰ ਫਿਰ ਵੀ ਦੁਨੀਆਂ ਤੋਂ ਅੱਡ ਰਹਿਣਾ ਹੁੰਦਾ। ਅਤੇ ਜਦੋਂ ਮਤਲਬ ਮੈਂ ਇਹ ਚੀਜ਼ ਨੂੰ ਫੀਲ ਕਰਦਾ ਹੁੰਦਾ, ਇਹ ਅਧਿਆਤਮਿਕ ਚੀਜ਼ ਹੈ, ਰੂਹਾਨੀ ਚੀਜ਼ ਹੈ, ਦੁਨੀਆਂ ਦੇ ਵਿੱਚ ਵੀ ਰਹਿਣਾ ਪਰ ਫਿਰ ਵੀ ਦੁਨੀਆਂ ਤੋਂ ਅੱਡ ਰਹਿਣਾ, ਇਹਦੇ ਲਈ ਇਹਦਾ ਮੂਲ ਮੰਤਰ ਤੁਸੀਂ ਕੀ ਸਮਝਦੇ ਹੋ ਕਿ ਇਹ ਇਹ ਇੱਦਾਂ ਇਹ ਚੀਜ਼ ਇੱਦਾਂ ਆਉਂਦੀ ਹੈ ਹੌਲੀ ਹੌਲੀ? ਕਿੱਦਾਂ? ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ ਗੁੱਜੀ ਰਹੇ ਨਾ ਹੀਰ ਹਜ਼ਾਰ ਵਿੱਚ, ਹਜ਼ਾਰਾਂ ਦੇ ਵਿੱਚ ਖੜੇ ਵੀ ਹੀਰ ਨਜ਼ਰ ਆਉਂਦੀ ਹੈ ਤਾਂ ਇਹਦੇ ਮਤਲਬ ਹੈ ਕਿ ਕੁਛ ਉਹਦੇ 'ਤੇ ਕਿਰਪਾ ਹੈ, ਮਾਲਕ ਦੀ ਕਿਰਪਾ। ਇਹਨਾਂ ਹਜ਼ਾਰਾਂ ਦੇ ਵਿੱਚ ਹੀਰ ਲੁਪਤ ਵੀ ਹੈ ਕਿਉਂਕਿ ਉਹ ਆਪਣੇ ਰਾਂਝੇ ਨਾਲ ਜੁੜੀ ਹੋਈ ਹੈ, ਉਹ ਆਪਣੀ ਰਾਂਝੇ ਦੀ ਤਲਾਸ਼ ਦੇ ਵਿੱਚ। ਇੱਕ ਦੁਆ ਸਲਾਮ ਕਰਨ ਵਾਲਾ ਬੰਦਾ ਨਮਾਜ਼ ਪੜ੍ਹ ਰਿਹਾ ਸੀ ਅਤੇ ਉਹਦੇ ਮੂਰਦੀ ਮਜਨੂੰ ਲੰਘ ਗਿਆ, ਮਜਨੂੰ ਲੈ ਲੈ ਕਰਦਾ ਲੰਘ ਗਿਆ। ਉਸ ਜਿਹੜਾ ਨਮਾਜ਼ੀ ਸੀਗਾ ਉਹਨੇ ਕਿਹਾ, ਕਮਲਿਆ ਓਏ ਤੂੰ ਸਾਲਿਆ ਕਿਸੇ ਕੁੜੀ ਦੇ ਨਾਂ ਲੈ ਕੇ ਤੁਰਿਆ ਜਾਂਦਾ, ਤੂੰ ਮੇਰੀ ਜਿਹੜੀ ਸਾਰੀ ਜਿਹੜੀ ਮੈਂ ਇਸ ਵੇਲੇ ਮੇਰੀ ਨਮਾਜ਼ ਸੀਗੀ ਤੂੰ ਭੰਗ ਕਰ ਗਿਆ। ਮਜਨੂੰ ਨੂੰ ਹੋਸ਼ ਆਇਆ ਵੀ ਮੇਰੇ ਤੋਂ ਕਿਸੇ ਨੇ ਸਵਾਲ ਪੁੱਛਿਆ, ਉਹ ਨਮਾਜ਼ੀ ਸਾਹਿਬ ਨੂੰ ਕਹਿੰਦਾ ਤੇਰੀ ਨਮਾਜ਼ ਦੇ ਵਿੱਚ ਖਲਲ ਪੈ ਗਿਆ। ਕਹਿੰਦਾ ਤੂੰ ਮੇਰੀ ਬੰਦਗੀ 'ਚ ਖਲਲ ਪਾਇਆ, ਮੈਂ ਤਾਂ ਲੈ ਕਰਦਾ ਜਾ ਰਿਹਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਤੂੰ ਬੈਠਾ ਹੈ। ਕਹਿੰਦਾ ਤੈਨੂੰ ਕਿਵੇਂ ਯਾਦ ਰਹਿ ਗਿਆ ਤੂੰ ਅੱਲਾ ਕਰਦਾ, ਤੈਨੂੰ ਮੇਰਾ ਕਿਵੇਂ ਯਾਦ ਆ ਗਿਆ ਕਿ ਮੈਂ ਤੇਰੇ ਮੂਰਤੀ ਲੰਘਿਆ, ਤੂੰ ਮੇਰੀ ਇਬਾਦਤ ਦੇ ਵਿੱਚ ਖਲਲ ਪੈਦਾ ਕੀਤਾ। ਉਸੇ ਵੇਲੇ ਉਸ ਬੰਦੇ ਨੇ ਇਹ ਇਸ ਚੀਜ਼ ਨੂੰ ਸੋਚਿਆ ਕਿ ਇਹ ਬੰਦਗੀ ਹੈ, ਜਦੋਂ ਬੰਦਾ ਗੁਆਚ ਜਾਂਦਾ ਉਸਨੂੰ ਪਤਾ ਹੀ ਨਹੀਂ, ਹੋਸ਼ ਨਹੀਂ ਰਹਿੰਦੀ। ਸੋ ਉਸ ਦੇ ਵਿੱਚ ਆਪਣੇ ਆਪ ਨੂੰ ਕਾਇਮ ਰੱਖਣਾ, ਦੁਨੀਆਂ ਦੇ ਵਿੱਚ ਰਹਿ ਕੇ ਵੀ ਲੋਕ ਸੰਤੋਖ 'ਚ ਰਹਿੰਦੇ ਆ, ਸਬਰ 'ਚ ਰਹਿੰਦੇ ਆ, ਸ਼ੁਕਰ 'ਚ ਰਹਿੰਦੇ ਆ, ਜਦੋਂ ਕਿ ਆਸੇ ਪਾਸੇ ਸਾਰੇ ਪਾਸੇ ਰੌਲਾ ਮਾਇਆ ਦਾ। ਇਹ ਕਿਰਪਾ ਤੋਂ ਬਿਨਾਂ ਨਹੀਂ ਹੈ, ਬਾਕੀ ਤੁਹਾਡਾ ਅਭਿਆਸ ਹੈ, ਰੋਜ਼ ਦਾ ਅਭਿਆਸ ਹੈ, ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਹੋ, ਹੱਥ ਜੋੜ ਕੇ ਹੀ ਵਕਤ ਲੰਘਾ ਲੈਣਾ ਬਸ। ਜੇ ਕੋਈ ਬੰਦਾ ਅੱਗੋਂ ਬੋਲ ਵੀ ਪੈਂਦਾ, ਲੜ ਵੀ ਪੈਂਦਾ, ਇਹਨਾਂ ਨੇ ਕੋਈ ਨਹੀਂ ਯਾਰ ਜਾਣਦੇ, ਪਲੀਜ਼। ਕਈ ਵਾਰੀ ਸਾਨੂੰ ਟ੍ਰੈਫਿਕ ਦੇ ਵਿੱਚ ਰੋਕ ਲੈਂਦੇ ਕਿ ਤੂੰ ਇਹ ਮੁੰਡਾ ਆਪਣਾ ਗਣੇਸ਼, ਇਹ ਆਪਣੇ ਸੁਭਾਅ ਦਾ ਮਾਲਕ ਹੈ, ਲੰਘ ਗਿਆ, ਇਸਨੇ ਬਿਹਾਰੀ ਟਾਈਪ ਦੇ ਵਿੱਚ ਬੋਲਣਾ ਹੁੰਦਾ, ਨਹੀਂ ਨਹੀਂ ਹਮਨੇ ਤੂੰ ਕ੍ਰੋਸ ਨਹੀਂ ਕੀਤਾ। ਮੈਂ ਯਾਰ ਗਣੇਸ਼ ਤੂੰ ਕ੍ਰੋਸ ਕੀਤਾ, ਤੂੰ ਮੰਨ ਜਾਏ ਕੁਛ ਕੋਲ। ਉਹ ਫਿਰ ਪੁਲਿਸ ਵਾਲਾ ਦੇਖਦਾ ਯਾਰ ਕੌਣ ਬਣਿਆ, ਅੱਛਾ ਭਾਅ ਜੀ ਗੁਰਦਾਸ ਜੀ ਤੁਸੀਂ ਪਹਿਲਾਂ ਦੱਸ ਦੇਣਾ ਸੀ ਗੁਰਦਾਸ ਬੈਠਾ ਹੁੰਦਾ। ਮੈਂ ਕਿਹਾ ਯਾਰ ਮੈਂ ਦੱਸ ਕੇ ਨਹੀਂ, ਮੈਂ ਤੁਹਾਡੀ ਆਪਣੀ ਡਿਊਟੀ ਹੈ, ਤੁਸੀਂ ਆਪਣੀ ਡਿਊਟੀ ਨਹੀਂ ਪਾ ਰਹੇ ਹੋ, ਮੈਂ ਤਾਂ ਤੁਹਾਨੂੰ ਸਲਾਮ ਕਰਦਾ, ਪਤਾ ਨਹੀਂ ਕਦੋਂ ਦੇ ਖੜ੍ਹੇ ਹੋਵੋਗੇ ਤੁਸੀਂ ਇੱਥੇ, ਸਾਡੇ ਵਾਸਤੇ ਖੜ੍ਹੇ ਹੋ ਯਾਰ, ਇਹ ਤੋਂ ਗਲਤੀ ਹੋਈ ਹੈ, ਨਹੀਂ ਮੰਨਦਾ, ਮੈਂ ਮੰਗਦਾ ਬਹੁਤ ਬਹੁਤ ਜਾਓ ਜੀ। ਆਹ ਪਿਆਰ ਹੈ, ਪਿਆਰ ਦੇ ਅੱਗੇ ਕੋਈ ਹਥਿਆਰ ਨਹੀਂ ਬਾਬਾ ਜੀ, ਹੱਥ ਜੋ ਤਾਂ ਤੁਸੀਂ ਹੱਥ ਜੋੜਿਆ ਜੇ ਕਿਸੇ ਦਾ ਕੰਮ ਬਣ ਜੇ, ਹੱਥ ਤੋੜ ਤੜਾਉਣ ਦਾ ਕੀ ਫਾਇਦਾ, ਬਿਨਾਂ ਬੋਲਿਆ ਜੇ ਕਿਸੇ ਦੀ ਬਾਤ ਹੋ ਜੇ, ਰੌਲਾ ਕੋਠੇ 'ਤੇ ਪਾਉਣ ਦਾ ਕੀ ਫਾਇਦਾ, ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜੇ, ਐਵੇਂ ਪੈਰ ਵਢਾਉਣ ਦਾ ਕੀ ਬੰਦਾ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋਵੇ ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ। ਸੋ ਹੋ ਹੀ ਜਾਂਦਾ, ਹੋ ਹੀ ਜਾ ਰਿਹਾ, ਬਸ ਇਹੀ ਹੈ ਮਾਲਕ ਦੀ ਕਿਰਪਾ ਦਾ ਆਸ਼ੀਰਵਾਦ ਹੈ ਬਸ। ਮਾਨ ਸਾਹਿਬ, ਐਸੇ ਲੋਕ ਤੁਹਾਨੂੰ ਬੜੇ ਪਿਆਰੇ ਲੱਗਦੇ ਜਿਹਦੇ ਨਾਲ ਬੰਦੇ ਦਾ ਸੁਭਾਅ ਮਿਲ ਜੇ, ਔਰ ਐਸੇ ਲੋਕ ਤੁਹਾਡੀ ਸੋਚ ਦੇ ਦਾਇਰੇ 'ਚ, ਤੁਹਾਡੀ ਨਿਗਾਹ ਦੇ ਦਾਇਰੇ 'ਚ ਆਉਂਦੇ ਹੋਣਗੇ ਜਿਹਦੇ ਬਾਰੇ ਤੁਸੀਂ ਵੀ ਬਹੁਤਾ ਬਿਆਨ ਨਹੀਂ ਕਰਦੇ ਹੋ ਕਿਉਂਕਿ ਉਹ ਬੰਦਾ ਰਾਜ਼ੀ ਉਸ ਰਜ਼ਾ 'ਚ ਰਹਿਣਾ ਚਾਹੁੰਦਾ। ਅਤੇ ਐਸੇ ਲੋਕ ਜਿਹੜੇ ਸਮਾਜ ਦੇ ਲਈ ਬਹੁਤ
ਕੰਮ ਕਰੀ ਜਾਂਦੇ ਆ, ਲੁਪਤ ਹੋ ਕੇ ਕੰਮ ਕਰੀ ਜਾਂਦੇ ਆ। ਤੁਸੀਂ ਵੀ ਕਦੇ ਐਸੇ ਸ਼ਖਸ ਨੂੰ, ਬਹੁਤ ਸ਼ਖਸਾਂ ਨੂੰ ਤੁਸੀਂ ਮਿਲੇ ਹੋਵੋਗੇ, ਪਰ ਕੋਈ ਇੱਕ ਐਸਾ ਸ਼ਖਸ ਯਾਦ ਆ ਰਿਹਾ ਹੋਵੇ ਕਿ ਯਾਰ ਇੱਕ ਐਸਾ ਬੰਦਾ ਹੈ ਜਿਹੜਾ ਬੰਦਾ ਦਿਲੋਂ ਕੰਮ ਕਰੀ ਜਾਂਦਾ, ਅਤੇ ਬਸ ਤੁਹਾਡੀ ਵੱਲੋਂ ਵੀ ਸ਼ੁਭਕਾਮਨਾ ਉਸ ਸ਼ਖਸ ਨੂੰ ਹੈਗੀਆਂ। ਇਹ ਕੋਈ ਵੀ ਐਸਾ ਯਾਦ ਆ ਰਿਹਾ ਹੋਵੇ, ਵੈਸੇ ਤਾਂ ਬਹੁਤ ਹੋਣਗੇ, ਪਰ ਕੋਈ ਡਿਫਰੈਂਟ ਕੁਝ ਕਰ ਰਿਹਾ ਹੋਵੇ ਸਮਾਜ ਦੇ ਲਈ। ਇਸ ਵੇਲੇ ਹੁਣ ਮੈਨੂੰ ਇਸ ਤਰ੍ਹਾਂ ਦਾ ਕੋਈ ਯਾਦ ਨਹੀਂ ਆਉਂਦਾ, ਪਰ ਕਰਨ ਵਾਲੇ ਤਾਂ ਬਹੁਤ ਨੇ, ਬਹੁਤ ਨੇ। ਜਿਵੇਂ ਗੁਰਦੁਆਰੇ ਦੇ ਵਿੱਚ ਸੇਵਾ ਤੁਸੀਂ ਦੇਖਦੇ ਹੋ, ਮਤਲਬ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਜਾਣੀ ਹੈ। ਇੱਕ ਪਾਣੀ ਦਾ ਡ੍ਰੌਪ ਵੀ, ਇੱਕ ਬੂੰਦ ਵੀ, ਕੋਈ ਪੱਤਾ ਵੀ ਕੁਛ ਗਿਰ ਗਿਆ, ਉਹ ਕੈਸੀ ਸੇਵਾ ਕਰਦੇ ਹੋਣਗੇ ਆ? ਉਹ ਲੋਕ ਦਿਖਾਵੇ ਵਾਸਤੇ ਥੋੜ੍ਹਾ ਹੀ ਕਰ ਰਹੇ, ਉਹ ਤਾਂ ਆਪਣੇ ਵਾਸਤੇ ਕਰ ਰਹੇ ਆ, ਸਮਾਜ ਵਾਸਤੇ ਕਰ ਰਹੇ, ਆਪਣੇ ਗੁਰੂ ਦੀ ਸੇਵਾ ਕਰ ਰਹੇ। ਕਈ ਲੋਕ ਆਪਣੇ ਜੋੜਿਆਂ ਦੇ ਵਿੱਚ ਡਿਊਟੀ ਲਵਾਈ ਹੁੰਦੀ ਹੈ, ਐਡੇ ਐਡੇ ਵੱਡੇ ਲੋਕ, ਘਰਾਂ ਦੇ ਲੋਕ, ਜਿਨ੍ਹਾਂ ਕੋਲ ਸਭ ਕੁਛ ਮਾਲਕ ਨੇ ਦਿੱਤਾ, ਕਿ ਜਿਨ੍ਹਾਂ ਦੇ ਆਪ ਜੁੱਤੀਆਂ ਸਾਫ਼ ਕਰਨ ਵਾਲੇ ਲੋਕ ਨੌਕਰ ਚਾਕਰ ਹੋਣਗੇ, ਪਰ ਉੱਥੇ ਜਾ ਕੇ ਗਰੀਬਾਂ ਬੰਦਿਆਂ ਦੀਆਂ, ਮਤਲਬ ਜਿਹੜੇ ਪਤਾ ਨਹੀਂ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਪਿੰਡੋਂ ਚੱਲ ਕੇ ਆਉਂਦੇ, ਉਹਨਾਂ ਦੀ ਜੁੱਤੀ ਝਾੜ ਝਾੜ ਕੇ ਆਪਣੇ ਆਪਣੇ ਮੱਥੇ ਨੂੰ ਲਾਉਂਦੇ ਆ, ਹੱਥ ਲਾਉਂਦੇ ਆ। ਸੋ ਐਸੇ ਲੋਕ ਤਾਂ ਬਥੇਰੇ ਨੇ, ਉਸ ਖਾਸ ਕਰਕੇ ਸਾਡੇ ਗੁਰੂ ਘਰ ਦੇ ਵਿੱਚ ਬਹੁਤ ਨੇ। ਮੈਂ ਜਦੋਂ ਉਹਨਾਂ ਨੂੰ ਦੇਖਦਾ, ਮੈਂ ਦਿਲ ਕਰਦਾ ਕਿ ਇਹਨਾਂ ਨੂੰ ਮੱਥਾ ਟੇਕ ਲਿਆ ਜਾਏ, ਜਿਹੜਾ ਗੁਰੂ ਦੇ ਐਡਾ ਗੁਰੂ ਦਾ ਅਨਨਿਆ ਭਗਤ ਹੈ, ਉਸ ਨੂੰ ਮੱਥਾ ਟੇਕ ਲਿਆ ਅਤੇ ਗੁਰੂ ਨੂੰ ਟੇਕ ਲਿਆ, ਇੱਕੋ ਹੀ ਗੱਲ। ਐਸੇ ਸੇਵਾਦਾਰਾਂ ਨੂੰ ਮੱਥਾ ਟੇਕ ਲਿਆ ਅਤੇ ਸਮਝ ਲਓ ਤੁਸੀਂ ਉਸ ਮਾਲਕ ਨੂੰ ਮੱਥਾ ਟੇਕ ਲਿਆ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਥਾ ਟੇਕ ਲਿਆ। ਇੰਨੇ ਕਰੋੜਾਂ ਹੋਣਗੇ ਬਾਬਾ ਜੀ, ਪਰ ਇਹ ਨਹੀਂ ਹੈ। ਭਾਵੇਂ ਘਰ ਵਿੱਚ ਨੌਕਰ ਚਾਕਰ ਹੋਵਣ ਪਿੱਛੇ ਅੱਗੇ, ਭਾਵੇਂ ਘਰ ਵਿੱਚ ਨੌਕਰ ਚਾਕਰ ਹੋਵਣ ਪਿੱਛੇ ਅੱਗੇ, ਯਾਰ ਦੀ ਖਿਦਮਤ ਆਪਣੇ ਹੱਥੀਂ ਕਰੇ ਅਤੇ ਕਿਸਮਤ ਜੱਗੇ। ਸੋ ਇਹ ਹੈ, ਕਰਨ ਵਾਲੇ ਬਹੁਤ ਨੇ, ਪਰ ਹੁਣ ਇੱਕ ਅੱਧੇ ਦਾ, ਇੱਕ ਅੱਧਾ ਨਹੀਂ ਮੇਰੇ, ਮੈਂ ਤਾਂ ਸਾਰਿਆਂ ਨੂੰ ਜਦੋਂ ਦੇਖਦਾ, ਪਤਾ ਨਹੀਂ ਕਿੱਥੇ ਕਿੱਥੇ ਕੌਣ ਜਿਸ ਨੂੰ ਦੇਖਦਾ ਮੈਂ। ਮੈਂ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਅਸੀਂ ਨਿਕਲੇ ਸੀਗੇ ਅਤੇ ਇੱਕ ਛੋਟੀ ਜਿਹੀ ਜਗ੍ਹਾ 'ਤੇ ਬੈਠੀ ਬੀਬੀ ਨੇ ਸਕੂਲ ਲਾਇਆ ਹੋਇਆ, ਪੜ੍ਹਾ ਰਹੀ ਹੈ। ਮੇਰਾ ਦਿਲ ਕੀਤਾ ਮੈਂ ਯਾਰ ਇਹਦੇ ਕੋਲ ਉਤਰ ਕੇ ਜਾਵਾਂ ਔਰ ਉਸਨੂੰ ਸ਼ਾਬਾਸ਼ ਦੇਵਾਂ, ਪਰ ਅਸੀਂ ਆਲਰੇਡੀ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੇ ਸੀ। ਫਿਰ ਮੈਂ ਕਿਹਾ ਇਹਨਾਂ ਬੱਚਿਆਂ ਨੂੰ ਵੀ ਮਿਲ ਕੇ ਜਾਣ ਨੂੰ ਦਿਲ ਕਰਦਾ, ਪਰ ਹੁਣ ਮੇਰਾ ਦਿਲ ਜਦੋਂ ਵੀ, ਫਿਰ ਮੈਂ ਜਦੋਂ ਉੱਥੋਂ ਹੀ ਲੰਘਿਆ, ਫਿਰ ਮੈਂ ਪੱਕੇ ਤੌਰ 'ਤੇ ਥੋੜ੍ਹਾ ਸਮਾਂ ਪਹਿਲਾਂ ਕੱਢ ਕੇ ਜਾਊਂਗਾ। ਹਾਂਜੀ ਹਾਂ, ਐਸੇ ਲੋਕ ਹੈ ਬਹੁਤ, ਬਹੁਤ ਦਿਲ ਕਰਦਾ ਐਸੇ, ਖਾਸ ਕਰਕੇ ਜੋ ਸੜਕ 'ਤੇ ਬੈਠੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਅਤੇ ਮਾਨ ਸਾਹਿਬ ਦੇਖੋ, ਤੁਸੀਂ ਇਸ ਵਕਤ ਸਮਾਜ ਦੇ ਵਿੱਚ ਇੱਕ ਵੱਖਰਾ ਰੁਤਬਾ ਰੱਖਦੇ ਹੋ, ਇਹ ਤੁਹਾਡਾ ਹੁਨਰ ਹੈ, ਰੱਬ ਦੀ ਰਹਿਮਤ ਹੈ, ਕੋਈ ਸ਼ੱਕ ਨਹੀਂ ਇਹਦੇ 'ਚ। ਜਦੋਂ ਤੁਹਾਡਾ ਹੁਨਰ ਲੋਕਾਂ ਦੀ ਜ਼ੁਬਾਨ 'ਤੇ ਬੋਲਦਾ ਹੈ, ਪਰ ਤੁਹਾਡੇ ਚਾਹ ਨੇ ਉਹ, ਤੁਸੀਂ ਆਪਣੇ ਚਾਹ ਦੁਨੀਆ ਦੇ ਵਿੱਚ ਕਈ ਵਾਰ ਪੂਰੇ ਨਹੀਂ ਕਰ ਸਕਦੇ ਕਿਉਂਕਿ ਭੀੜ ਇਕੱਠੀ ਹੋ ਜਾਂਦੀ ਹੈ ਉੱਥੇ, ਤੁਸੀਂ ਤੁਹਾਡੇ ਕੰਮ 'ਚ ਵਿਘਨ ਪੈ ਜਾਂਦਾ ਉਹ, ਕੀ ਕਿਉਂਕਿ ਤੁਹਾਡੀ ਸੋਚ ਵੰਡੀ ਜਾਂਦੀ ਹੈ, ਲੋਕ ਤੁਹਾਡੇ ਆਲੇ ਦੁਆਲੇ ਆ ਕੇ ਖੜ੍ਹੇ ਹੋ ਗਏ, ਫਿਰ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਮਿਸ ਕਰਦੇ ਹੋ? ਮੈਂ ਕਾਸ਼ ਐਂ ਕਰ ਸਕਾਂ, ਕਿਉਂਕਿ ਤੁਸੀਂ ਇਸ ਚੀਜ਼ ਤੋਂ ਵੀ ਅਲੱਗ ਰਹਿੰਦੇ ਹੋ ਕਿ ਬਹੁਤੀ ਭੀੜ ਹੋਵੇ ਵੀ ਨਾ, ਪਰ ਉਹ ਹੋਣੀ ਹੁੰਦੀ ਹੈ ਲਾਜ਼ਮੀ, ਫਿਰ ਕਿਹੜੀ ਚੀਜ਼ਾਂ ਤੁਸੀਂ ਮਿਸ ਕਰਦੇ ਹੋ ਕਿ ਯਾਰ ਇਹ ਮੈਂ ਕਿਉਂ ਨਹੀਂ ਕਰ ਪਾ ਰਿਹਾ? ਜੇ ਭੀੜ ਇਕੱਠੀ ਨਾ ਹੋਵੇ ਤਾਂ ਫਿਰ ਆਪਣੇ ਆਪ ਨੂੰ ਮਹਿਸੂਸ ਹੁੰਦਾ ਕਿ ਯਾਰ ਕੁਛ ਅੱਜ ਦਿਨ ਕੁਛ ਇਸ ਤਰ੍ਹਾਂ ਦਾ ਨਹੀਂ ਚੜ੍ਹਿਆ ਯਾਰ, ਕਿਉਂਕਿ ਸਾਡੇ ਨਾਲ ਭੀੜ ਦਾ ਜੁੜਨਾ ਲਾਜ਼ਮ ਹੈ, ਔਰ ਜੇ ਨਾ ਹੋਵੇ ਤਾਂ ਫਿਰ ਸਾਨੂੰ ਲੱਗਦਾ ਅਸੀਂ ਕਿਸੇ ਹੋਰ ਇਲਾਕੇ ਚਲੇ ਗਏ ਜਿੱਥੇ ਸਾਨੂੰ ਕੋਈ ਜਾਣਦਾ ਨਹੀਂ, ਪਰ ਇਹ ਉਹਨਾਂ ਦਾ ਪਿਆਰ ਸਤਿਕਾਰ ਹੁੰਦਾ। ਮੈਂ ਕੱਲ੍ਹ ਪਰਸੋਂ ਕੋਈ ਪਰਫਾਰਮੈਂਸ ਦੇ ਰਿਹਾ ਸੀ ਅਤੇ ਕਹਿੰਦਾ ਜੀ ਆਹ ਲੋਕਾਂ ਨੂੰ ਪਿੱਛੇ ਹਟਾ ਦਿਓ ਜੀ, ਇਹ ਖੜ੍ਹੇ ਆ ਅੱਗੇ ਆ ਕੇ ਖੜ੍ਹੇ ਆ। ਉਹ ਮੈਂ ਕਿਹਾ ਯਾਰ ਕੌਣ ਕਿਸੇ ਦੇ ਅੱਗੇ ਆ ਕੇ ਖੜ੍ਹਦਾ, ਕੌਣ ਕਿਸੇ ਨੂੰ ਪਿਆਰ ਕਰਦਾ, ਨੇੜੇ ਉਹਦੇ ਹੋ ਕੇ ਖੜ੍ਹਦਾ। ਸਾਰੀ ਦੁਨੀਆ ਨੂੰ ਇਕੱਠਾ ਕਰਨਾ ਪੈਂਦਾ, ਪਹਿਲਾਂ ਢੋਲ ਵਜਾਉਣਾ ਪੈਂਦਾ ਵੀ ਆ ਜਾਓ ਆਹ ਮੇਲਾ ਦੇਖਣਾ, ਆ ਜਾਓ ਕਰ ਲਓ ਕਰ ਲਓ, ਜੇ ਉਹ ਨੇੜੇ ਆ ਕੇ ਖੜ੍ਹੇ ਹੈ ਤਾਂ ਇਹਦੀ ਕੋਈ ਵਜ੍ਹਾ ਹੈ? ਪਤਾ ਨਹੀਂ ਕਦੋਂ ਦੇ ਵਿਚਾਰੇ ਚੱਲੇ ਹੋਣਗੇ, ਕਦੋਂ ਦੇ ਖੜ੍ਹੇ ਹੋਣਗੇ, ਯਾਰ ਉਹ ਗੁਰਦਾਸ ਨੂੰ ਸੁਣ ਕੇ ਆਉਣਾ ਜਾਂ ਕਿਸੇ ਹੋਰ ਕਲਾਕਾਰ ਦਾ ਜਿਹਨੂੰ ਪਿਆਰ ਕਰਦੇ ਨੂੰ ਉਹਨਾਂ ਨੂੰ ਸੁਣ ਕੇ ਆਉਣਾ, ਅਤੇ ਉਹ ਖੜ੍ਹੇ ਹੈ ਤਾਂ ਮੈਂ ਹੁਣ ਪਿੱਛੇ ਤੱਕਦਿਆਂ ਉਹ ਨੇੜੇ ਪਹਿਲਾਂ ਆਇਆ ਕਿ ਨੇੜੇ ਦੇਖਣਾ ਉਹਨਾਂ ਨੇ, ਜੋ ਇੰਨੇ ਪਿਆਰ ਨਾਲ ਖੜ੍ਹੇ ਆ, ਇੰਨੇ ਪਿਆਰ ਨਾਲ ਸੁਣ ਰਹੇ ਆ, ਤਾਂ ਤੁਸੀਂ ਉਸਨੂੰ ਪਿੱਛੇ ਤੱਕ ਕੇ ਕੀ ਕਰੋਗੇ? ਪਿਛਲੇ ਨੂੰ ਨਜ਼ਰ ਆ ਰਿਹਾ, ਜੇ ਨਹੀਂ ਨਜ਼ਰ ਆਊਗਾ ਤਾਂ ਫਿਰ ਮੈਂ ਕਹਿ ਦੂੰਗਾ ਕਿ ਯਾਰ ਥੋੜ੍ਹਾ ਜਿਹਾ ਸਾਈਡ 'ਤੇ ਹੋ ਜਾਓ। ਇਹ ਮੇਰਾ ਸੁਭਾਅ ਹੈ ਕਿ ਕੋਈ ਵੀ ਕਿਸੇ ਦੇ ਸਾਹਮਣੇ ਕੋਈ ਕੈਮਰਾਮੈਨ ਆ ਕੇ ਖੜ੍ਹ ਗਿਆ ਔਰ ਪਿੱਛੇ ਬੰਦੇ ਲੁੱਕ ਗਏ, ਮੈਂ ਉਹਨੂੰ ਪਹਿਲਾਂ ਕਹੂੰਗਾ ਯਾਰ ਪਲੀਜ਼ ਇਹ ਕੈਮਰਾਮੈਨ ਨੂੰ ਆਪਣਾ ਪੂਰਾ ਕੈਮਰਾ ਕਿਸੇ ਹੋਰ ਜਗ੍ਹਾ 'ਤੇ ਸੈਟਅਪ ਕਰਕੇ ਲਗਾ ਲਏ, ਕਿਉਂਕਿ ਓਹਲਾ ਨਹੀਂ ਬਣਨਾ ਕਿਸੇ ਦੇ ਵਿਚਾਲੇ। ਵਿਚੋਲਾ ਤਾਂ ਠੀਕ ਹੈ, ਵਿਚੋਲ ਕੇ ਦੋਨਾਂ ਪਾਰਟੀਆਂ ਦਾ ਖਿਆਲ ਰੱਖਦਾ, ਪਰ ਓਹਲਾ ਬਹੁਤ ਖਤਰਨਾਕ ਚੀਜ਼ ਹੈ। ਕੋਈ ਦੇਖਣਾ ਆਇਆ ਤੁਹਾਨੂੰ, ਕਿਉਂਕਿ ਇਸ ਮੇਲਾ ਤਾਂ ਸਾਰਾ ਅੱਖਾਂ ਦਾ ਹੀ ਹੈ ਨਾ ਬਾਬਾ ਜੀ, ਅੱਖਾਂ ਨੂੰ ਨਜ਼ਰ ਨਹੀਂ ਆਇਆ ਤਾਂ ਫਿਰ ਕਾਹਦਾ ਮੇਲਾ? ਸੋ ਇਸ ਤਰ੍ਹਾਂ ਦਾ ਹੋ ਜਾਂਦਾ, ਕਰਾਊਡ ਹੁੰਦਾ, ਪਰ ਉਸ ਨੂੰ ਸੰਭਾਲਣਾ
ਮਾਲਕ ਨੇ ਜੋ ਤੌਫੀਕ ਦਿੱਤੀ ਹੈ ਹੱਥ ਜੋੜ ਕੇ ਸੰਭਾਲ ਲਈਦਾ ਹੈ, ਕਿਉਂਕਿ ਆਪਾਂ ਕਿਸੇ ਨਾਲ ਗੁੱਸੇ ਹੋਣਾ ਹੀ ਨਹੀਂ। ਬਥੇਰੇ ਧੱਕੇ ਵੱਜਦੇ ਹਾਂ ਸਾਨੂੰ, ਪਰ ਫਿਰ ਅਸੀਂ ਸੋਚਦੇ ਹਾਂ ਕਿ ਯਾਰ ਇਹ ਸਾਡੇ ਪਿੱਛੇ ਇਹ ਧੱਕੇ ਕਿੰਨੇ ਖਾ ਕੇ ਆਏ ਹੋਣਗੇ। ਸਾਡੇ ਤਾਂ ਦੋ ਚਾਰ ਹੀ ਵੱਜੇ ਹੈ, ਅਸੀਂ ਗੱਡੀ ਤੱਕ ਬੈਠਣ ਲੱਗੇ ਹਾਂ, ਸਾਡੀ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ। ਕੋਈ ਬੰਦਾ ਕਈ ਵਾਰੀ ਐਂ ਲੱਗਦਾ ਕਿ ਆ ਅੰਗੂਠੀ ਖਿੱਚ ਕੇ ਲੈ ਜਾਊਗਾ ਜਾਂ ਘੜੀ ਲੈ ਜਾਊਗਾ, ਕਈ ਵਾਰੀ ਕੁਛ ਜੇ ਸਿਰ 'ਤੇ ਟੋਪੀ ਲਈ ਹੈ ਤਾਂ ਟੋਪੀ ਖਿੱਚ ਕੇ ਲੈ ਜਾਂਦੇ ਹਾਂ। ਉਹੋ ਜਿਹੇ ਵੀ ਹੁੰਦੇ ਆ, ਧੱਕੇ ਤਾਂ ਵੱਜਣੇ ਵੱਜਣੇ। ਕੋਈ ਇੱਕ ਹੱਜ ਸਾਰਾ ਹੁਣ ਨਵਾਂ ਕੰਮ ਸੈਲਫੀ ਨੇ ਮਾਰ ਲਏ, ਹਾਂਜੀ ਗੱਡੀ ਦੇ ਵਿੱਚੋਂ ਬਾਹਰ ਨਿਕਲੇ ਕੈਮਰਾ ਮੱਥੇ 'ਚ ਵੱਜਦਾ ਪੈਣਾ, ਹਾਂਜੀ ਹਾਂ ਨਾਲ ਜੱਫੀ ਪਾ ਕੇ ਘੁੱਟ ਕੇ ਗਲੇ ਨੂੰ ਮੈਂ ਇਸ ਤਰ੍ਹਾਂ ਕਰ ਦੇਣਾ ਵੀ ਤੂੰ ਫੋਟੋ ਖਿੱਚ ਰਿਹਾ ਕਿ ਮੇਰਾ ਇਮਤਿਹਾਨ ਲੈ ਰਿਹਾ। ਸੋ ਬਹੁਤ ਸਾਰੇ ਇਹੋ ਜਿਹੀਆਂ ਚੀਜ਼ਾਂ ਨਵੀਆਂ ਜਿਹੜੀਆਂ ਚੀਜ਼ਾਂ ਆ ਗਈਆਂ ਨਾ, ਉਹਦੇ ਨਾਲ ਥੋੜ੍ਹਾ ਜਿਹਾ ਫਰਕ ਪੈਂਦਾ, ਹੋਰ ਜ਼ਿਆਦਾ ਧੱਕੇ ਵੱਜਦੇ ਹਾਂ। ਦੇਖੋ ਜਿਹੜੇ ਐਸੇ ਲੋਕ ਸਮਾਜ ਦੇ ਲਈ ਕੰਮ ਕਰਦੇ ਹੈ, ਰੱਬ ਕਸਵੱਟੀ ਜ਼ਰੂਰ ਲਾਉਂਦਾ ਕਿ ਇਹ ਅਗਰ ਦਿਲੋਂ ਕੰਮ ਕਰ ਰਿਹਾ, ਜਜ਼ਬਾ ਹੈ, ਤੇ ਜੇ ਕਸਵੱਟੀ ਤਾਂ ਲਾਈ ਜਾਵੇ। ਹੁਣ ਤੱਕ ਲੱਗਦੀ ਆਈ ਹੈ, ਬਹੁਤ ਹਰੇ ਭਗਤਾਂ 'ਤੇ ਲੱਗਦੀ ਆਈ ਹੈ। ਅਤੇ ਮਾਨ ਸਾਹਿਬ, ਤੁਸੀਂ ਗਾਇਕੀ ਦੇ ਜ਼ਰੀਏ ਇੱਕ ਮੈਸੇਜ ਸਮਾਜ ਨੂੰ ਦਿੰਦੇ ਹੋ, ਤੁਸੀਂ ਵੀ ਕਸਵੱਟੀਆਂ ਦੇ ਵਿੱਚੋਂ ਗੁਜ਼ਰੇ ਹੋਵੋਗੇ, ਅਤੇ ਕਿਹੜੀ ਕਸਵੱਟੀ 'ਤੇ ਮਾਨ ਸਾਹਿਬ ਨੂੰ ਇੱਦਾਂ ਲੱਗਿਆ ਸੀਗਾ, ਹੇ ਬਸ ਸਾਈਂ ਤੂੰ ਹੀ ਕਢਾ ਲਿਆ? ਬਹੁਤ ਵਾਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜੀ ਕਿ ਜਿੱਥੇ ਸਮਝ ਲਓ ਕਿ ਅੱਜ ਸਾਊਂਡ ਵੀ ਨਹੀਂ ਚੱਲਣੀ, ਅੱਜ ਪਰਫੋਰਮੈਂਸ ਹੋਊਗੀ ਜਾਂ ਨਹੀਂ ਹੋਊਗੀ, ਜਾਂ ਇੱਥੇ ਕੀ ਹੋਏਗਾ, ਕੁਛ ਪਤਾ ਨਹੀਂ ਹੁੰਦਾ, ਪਰ ਫਿਰ ਵੀ ਪੂਰੀ ਪਰਫੋਰਮੈਂਸ ਕਰਾ ਲੈਂਦਾ। ਇੱਕ ਵਾਰੀ ਮੇਲਾ ਵਿਜੜ ਵੀ ਜਾਂਦਾ, ਫਿਰ ਮੇਲਾ ਜੁੜਦਾ, ਇਸ ਤਰ੍ਹਾਂ ਵੀ ਹੋਏ ਨੇ ਕਿ ਮਤਲਬ ਅੱਜ ਲੱਗਦਾ ਕਿ ਨਹੀਂ ਅਸੀਂ ਛੱਡਣਾ ਨਹੀਂ, ਅਸੀਂ ਇਹ ਨਹੀਂ ਛੱਡਣਾ ਕਿ ਵੀ ਮਤਲਬ ਆਹ ਹੋ ਗਿਆ ਅਤੇ ਆਹ ਹੋ ਗਿਆ ਅਸੀਂ ਨਹੀਂ ਗਾਉਣਾ, ਜੇ ਐਂ ਨਹੀਂ ਤੁਸੀਂ ਕਰੋਗੇ ਐਂ ਨਹੀਂ ਕਰੋਗੇ ਤਾਂ ਮਤਲਬ ਗੁਰਦਾਸ ਮਾਨ ਨੇ ਨਹੀਂ ਗਾਉਣਾ, ਨਹੀਂ ਸਾਡੇ ਲਈ ਉਹ ਚੈਲੇਂਜ ਹੁੰਦਾ। ਪ੍ਰੋਗਰਾਮ ਤਾਂ ਐਸ ਸਿੱਧੇ ਸਾਦੇ ਪ੍ਰੋਗਰਾਮ ਤਾਂ ਸਾਰੇ ਹੋ ਜਾਂਦੇ, ਸਾਰਾ ਤਰਤੀਬ ਦਿੱਤੀ ਹੈ, ਠੀਕ ਹੈ ਹੋ ਗਿਆ ਪ੍ਰੋਗਰਾਮ, ਉਸ ਦਾ ਸਵਾਦ ਨਹੀਂ ਹੈ। ਸਵਾਦ ਉਸ ਦਾ ਹੈ ਜਦੋਂ ਚੈਲੇਂਜ ਬਹੁਤ ਸਾਰੇ ਹੋਣ ਆਉਂਦੇ, ਕਿ ਉੱਥੇ ਕਰਾਊਡ ਵੀ ਇਸ ਤਰ੍ਹਾਂ ਦਾ ਔਰ ਸਾਊਂਡ ਵੀ ਨਹੀਂ ਚੱਲ ਰਹੀ, ਇੰਤਜ਼ਾਮ ਬਾਤ ਵੀ ਹੈ, ਕੋਈ ਮਤਲਬ ਕੋਈ ਸਿਕਿਉਰਿਟੀ ਵੀ ਨਹੀਂ ਹੈ। ਉਸ ਸਿਕਿਉਰਿਟੀ ਦੇ ਵਿੱਚ ਤੁਸੀਂ ਗਾਉਣਾ ਵੀ ਹੈ, ਪ੍ਰੋਗਰਾਮ ਵੀ ਕਰਨਾ, ਔਰ ਫਿਰ ਗੱਡੀ ਤੱਕ ਵੀ ਜਾ ਕੇ ਬੈਠਣਾ, ਗੱਡੀ ਦੇ ਵਿੱਚ ਵੀ ਬੈਠਣਾ ਜਾ ਕੇ, ਇਹ ਫਿਰ ਮਾਲਕ ਹੀ ਤੌਫੀਕ ਦਿੰਦਾ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਯਾਰ ਅੱਜ ਬਰਸਾਤ ਦਾ ਮੌਸਮ ਹੈ ਅਤੇ ਬਰਸਾਤ ਦੇ ਵਿੱਚ ਕੀ ਹੋਏਗਾ, ਬਰਸਾਤ ਦੇ ਵਿੱਚ ਵੀ ਪ੍ਰੋਗਰਾਮ ਹੋਏ ਨੇ ਬਾਬਾ ਜੀ, ਸਿਰਫ ਸਾਊਂਡ ਦੇ ਉੱਤੇ ਜਿਹੜਾ ਪਰਦਾ ਉਹ ਵੀ ਚਿਉਂ ਰਿਹਾ ਤਾਂ ਸੰਗਤ ਬੈਠੀ ਹੈ, ਕਿਉਂਕਿ ਅਸੀਂ ਪਾਣੀ ਦੇ ਥੱਲੇ ਆਪ ਖੜ੍ਹ ਗਏ ਜਿੱਥੋਂ ਦੀ ਪਾਣੀ ਚਿਉਂ ਰਿਹਾ ਸੀ, ਵੀ ਤੁਹਾਡੇ 'ਤੇ ਵੀ ਪੈ ਰਿਹਾ ਮੇਰੇ 'ਤੇ ਵੀ ਪੈ ਰਿਹਾ, ਬਸ ਸਿਰਫ ਮੈਂ ਮਾਈਕ 'ਤੇ ਨਹੀਂ ਪਾਣੀ ਪੈਣ ਦੇਣਾ ਕਿਉਂਕਿ ਇਹ ਨਾ ਖਰਾਬ ਹੋ ਜਾਏ, ਬਾਕੀ ਮੈਂ ਤੁਹਾਡੇ ਨਾਲ ਹੀ ਭੇਜ ਰਿਹਾ। ਉਹ ਜੋ ਫਿਰ ਸਵਾਦ ਉਹਦਾ, ਮੇਰੇ ਖਿਆਲ ਸ਼ਾਇਦ ਵੀਡੀਓ ਕਿਸੇ ਨੇ ਉਹ ਪਾਈ ਹੋਣੀ ਉਹਦੇ 'ਤੇ ਯੂਟਿਊਬ 'ਤੇ। ਸੋ ਐਸੇ ਐਸੇ ਚੈਲੇਂਜ, ਐਸੀਆਂ ਐਸੀਆਂ ਕਸੋਟੀਆਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਪਰ ਫਿਰ ਸ਼ੁਕਰਗੁਜ਼ਾਰ ਹੋਈਦਾ ਕਿ ਮਾਲਕ ਕਿੱਡਾ ਬੇਅੰਤ ਹੈ, ਬੇਨਿਆਜ਼ ਹੈ ਕਿ ਤੁਹਾਨੂੰ ਉਹ ਇਹ ਗੁਰੂ ਹੀ ਕੱਢ ਸਕਦਾ। ਇੱਕ ਸੋਹਣੀਆਂ ਲਾਈਨਾਂ ਸੀਗੀਆਂ, ਦੁਨੀਆ ਮਾਰੇ ਨਾ ਮਰੇ ਸਾਈਂ ਜਿਸ ਦੇ ਨਾਲ, ਛੱਡ ਮਾਨਾ ਮਰ ਜਾਣਿਆ, ਮਰਨ ਦਾ ਛੱਡ ਖਿਆ, ਦੁਨੀਆ ਮਾਰੇ ਨਾ ਮਰੇ ਸਾਈਂ ਜਿਸ ਦੇ ਨਾਲ। ਹਾਂਜੀ ਕੀ ਆਪਾਂ ਨਾ ਡੋਲੀਏ, ਇਹ ਵੀ ਕਿਰਪਾ ਉਹਨੇ ਕਰਨੀ। ਹਾਂਜੀ 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 ਹਾਂਜੀ, ਇਹ ਉਹਦੀ ਕਿਰਪਾ, ਉਹਨੇ ਅੰਦਰ ਆ ਕੇ ਵਸ ਜਾਣਾ ਬਾਬਾ ਜੀ। ਗੁਰੂ ਦਾ ਮਤਲਬ ਇਹ ਹੈ ਕਿ ਹੱਥ ਜੋੜ ਕੇ ਜੋ ਟਿੱਲੇ ਜਾਏ ਕਿ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਕਰੋ ਫਕੀਰ ਸਾਈਂ, ਸਿਦਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਅਤੇ ਤੁਸੀਂ ਪੀਰ ਸਾਈਂ, ਬਿਨਾਂ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ, ਦੁੱਧਾਂ ਬਾਜ ਨਾ ਰਿਝਦੀ ਖੀਰ ਸਾਈਂ, ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫਕਰ ਉਸ ਦੇ ਹੈਨ ਵਜ਼ੀਰ ਸਾਈਂ, ਪੀਰ ਪਕੜ ਕੇ ਲਾਮਦਾ ਤੁਰਤ ਬੰਨੇ ਬੇੜਾ ਡੁੱਬਦਾ ਡੂੰਗੜੇ ਨੀਰ ਸਾਈਂ, ਫਕਰ ਕੁੱਲ ਜਹਾਨ ਦਾ ਆਸਰਾ ਹੈ ਤਾਬਿਆ ਫਕਰ ਦੀ ਪੀਰ ਅਮੀਰ ਸਾਈਂ, ਤੈਨੂੰ ਛੱਡ ਕੇ ਹੋਰ ਮੈਂ ਜਾਂ ਕਿੱਥੇ, ਵਾਰੇ ਸ਼ਾਹ ਦੀ ਬਖਸ਼ ਤਕਸੀਰ ਸਾਈਂ। ਸੋ ਬਖਸ਼ਦਾ ਉਹ, ਨਵਾਜ਼ਦਾ ਉਹ, ਆਪਣੀ ਕਿਰਪਾ ਨਾਲ ਨਿਵਾਜ਼ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਬਾਬਾ। ਜਿੱਥੇ ਗੁਰੂ ਹੈ, ਗੁਰੂ ਵਾਲਾ ਬੰਦਾ ਕਿਤੇ ਮਾਰ ਨਹੀਂ ਖਾ ਸਕਦਾ ਕਿਉਂਕਿ ਉਹਦੇ ਨਾਲ ਖੜਾ ਹੁੰਦਾ, ਅਤੇ ਫਿਰ ਜੇ ਗੁਰੂ ਰੁੱਸ ਜਾਵੇ
ਵਡਿਆਈਆਂ ਰੁੱਸ ਜਾਂਦੀਆਂ, ਰੱਬ ਰੁੱਸ ਜਾਏ ਬਾਦਸ਼ਾਹੀਆਂ ਰੁੱਸ ਜਾਂਦੀਆਂ, ਮਾਪੇ ਰੁੱਸ ਜਾਣ ਅਤੇ ਖੁਦਾਈਆਂ ਰੁੱਸ ਜਾਂਦੀਆਂ। ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ।